ਪੰਜਾਬ ਦੇ ਮੁੱਖ ਸੇਵਾਦਾਰ ਭਾਈ ਅਮਰਦਾਸ ਸਿੰਘ ਖਾਲਸਾ ਵੱਲੋਂ ਹੈ। ਜਿਹੜੇ ਵੀ ਆਪਣੇ ਪਿੰਡ ਦੇ ਵਿੱਚ ਦੁਕਾਨਦਾਰ ਭਰਾ ਨੇ ਜਰਦਾ ਮਿਣੀ ਸਿਰਟਾਂ ਵੇਚਦੇ ਆ ਜਾਂ ਆਪਣੇ ਪਿੰਡ ਦੇ ਵਿੱਚ ਚਿੱਟੇ ਦਾ ਕਾਰੋਬਾਰ ਕਰਦੇ ਆ, ਚਿੱਟਾ ਮੂਲੀਆਂ ਵੇਚਦੇ ਆ, ਉਹਨਾਂ ਨੂੰ ਹੱਥ ਬੰਨ ਕੇ ਬੇਨਤੀ ਹੈ ਵੀ ਇਹ ਨਸ਼ਾ ਤੇ ਤੰਬਾਕੂ ਵੇਚਣਾ ਬੰਦ ਕਰ ਦੇਣਾ। ਬਾਅਦ ਦੇ ਵਿੱਚ ਇਹ ਚੈਨਲ ਦੀਆਂ ਦਸਾਂ ਦਾ ਵੀ ਸੁਣਦਾ ਲੱਗ ਜੂਗਾ। ਦੁਬਾਰਾ ਫਿਰ ਬੇਨਤੀ ਕੀਤੀ ਜਾਂਦੀ ਹੈ ਦੁਕਾਨਦਾਰ ਭਰਾਵਾਂ ਨੂੰ, ਜਿਹੜੇ ਵੀ ਬੀੜੀਆਂ ਸਿਰਟਾਂ ਜਰਦਾ ਵੇਚਦੇ ਆ ਜਾਂ ਆਪਣੇ ਪਿੰਡ ਦੇ ਵਿੱਚ ਚਿੱਟਾ ਗੋਲੀਆਂ ਜੋ ਜੋ ਵੀ ਨਸ਼ਾ ਵੇਚਦੇ ਆ ਵੀ ਉਹ ਬੰਦ ਕਰ ਦੇਣ। ਬਾਅਦ ਦੇ ਵਿੱਚ ਕਹਿਣਾ ਵੀ ਸੋਧਾ ਲੱਗ ਜਾਣਾ, ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ। ਸੋਨੂੰ ਹਫ਼ਤੇ ਦਸ ਦਿਨਾਂ ਦਾ ਟਾਈਮ ਦਿੱਤਾ ਵੀ ਜਿਹੜਾ ਜਿਹੜਾ ਵੀ ਨਸ਼ਾ ਪਿੰਡ ਦੇ ਵਿੱਚ ਵੇਚਦਾ ਉਹ ਆਪਣੇ ਆਪ ਹੀ ਬੰਦ ਕਰ ਦੇਵੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਦੇ ਮੁੱਖ ਸੇਵਾਦਾਰ ਭਾਈ ਅਮਰਦਾਸ ਸਿੰਘ ਖਾਲਸਾ ਵੱਲੋਂ ਹੈ। ਜਿਹੜੇ ਵੀ ਆਪਣੇ ਪਿੰਡ ਦੇ ਵਿੱਚ ਦੁਕਾਨਦਾਰ ਭਰਾ ਨੇ ਜਰਦਾ ਮਿਣੀ ਸਿਰਟਾਂ ਵੇਚਦੇ ਆ ਜਾਂ ਆਪਣੇ ਪਿੰਡ ਦੇ ਵਿੱਚ ਚਿੱਟੇ ਦਾ ਕਾਰੋਬਾਰ ਕਰਦੇ ਆ, ਚਿੱਟਾ ਮੂਲੀਆਂ ਵੇਚਦੇ ਆ, ਉਹਨਾਂ ਨੂੰ ਹੱਥ ਬੰਨ ਕੇ ਬੇਨਤੀ ਹੈ ਵੀ ਇਹ ਨਸ਼ਾ ਤੇ ਤੰਬਾਕੂ ਵੇਚਣਾ ਬੰਦ ਕਰ ਦੇਣਾ। ਬਾਅਦ ਦੇ ਵਿੱਚ ਇਹ ਚੈਨਲ ਦੀਆਂ ਦਸਾਂ ਦਾ ਵੀ ਸੁਣਦਾ ਲੱਗ ਜੂਗਾ। ਦੁਬਾਰਾ ਫਿਰ ਬੇਨਤੀ ਕੀਤੀ ਜਾਂਦੀ ਹੈ ਦੁਕਾਨਦਾਰ ਭਰਾਵਾਂ ਨੂੰ, ਜਿਹੜੇ ਵੀ ਬੀੜੀਆਂ ਸਿਰਟਾਂ ਜਰਦਾ ਵੇਚਦੇ ਆ ਜਾਂ ਆਪਣੇ ਪਿੰਡ ਦੇ ਵਿੱਚ ਚਿੱਟਾ ਗੋਲੀਆਂ ਜੋ ਜੋ ਵੀ ਨਸ਼ਾ ਵੇਚਦੇ ਆ ਵੀ ਉਹ ਬੰਦ ਕਰ ਦੇਣ। ਬਾਅਦ ਦੇ ਵਿੱਚ ਕਹਿਣਾ ਵੀ ਸੋਧਾ ਲੱਗ ਜਾਣਾ, ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ। ਸੋਨੂੰ ਹਫ਼ਤੇ ਦਸ ਦਿਨਾਂ ਦਾ ਟਾਈਮ ਦਿੱਤਾ ਵੀ ਜਿਹੜਾ ਜਿਹੜਾ ਵੀ ਨਸ਼ਾ ਪਿੰਡ ਦੇ ਵਿੱਚ ਵੇਚਦਾ ਉਹ ਆਪਣੇ ਆਪ ਹੀ ਬੰਦ ਕਰ ਦੇਵੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਦੇ ਮੁੱਖ ਸੇਵਾਦਾਰ ਭਾਈ ਅਮਰਦਾਸ ਸਿੰਘ ਖਾਲਸਾ ਵੱਲੋਂ ਹੈ। ਜਿਹੜੇ ਵੀ ਆਪਣੇ ਪਿੰਡ ਦੇ ਵਿੱਚ ਦੁਕਾਨਦਾਰ ਭਰਾ ਨੇ ਜਰਦਾ ਮਿਣੀ ਸਿਰਟਾਂ ਵੇਚਦੇ ਆ ਜਾਂ ਆਪਣੇ ਪਿੰਡ ਦੇ ਵਿੱਚ ਚਿੱਟੇ ਦਾ ਕਾਰੋਬਾਰ ਕਰਦੇ ਆ, ਚਿੱਟਾ ਮੂਲੀਆਂ ਵੇਚਦੇ ਆ, ਉਹਨਾਂ ਨੂੰ ਹੱਥ ਬੰਨ ਕੇ ਬੇਨਤੀ ਹੈ ਵੀ ਇਹ ਨਸ਼ਾ ਤੇ ਤੰਬਾਕੂ ਵੇਚਣਾ ਬੰਦ ਕਰ ਦੇਣਾ। ਬਾਅਦ ਦੇ ਵਿੱਚ ਇਹ ਚੈਨਲ ਦੀਆਂ ਦਸਾਂ ਦਾ ਵੀ ਸੁਣਦਾ ਲੱਗ ਜੂਗਾ। ਦੁਬਾਰਾ ਫਿਰ ਬੇਨਤੀ ਕੀਤੀ ਜਾਂਦੀ ਹੈ ਦੁਕਾਨਦਾਰ ਭਰਾਵਾਂ ਨੂੰ, ਜਿਹੜੇ ਵੀ ਬੀੜੀਆਂ ਸਿਰਟਾਂ ਜਰਦਾ